नमस्कार, मैं इस वेले कम्यूनिटी हैल्थ सेंटर धारीवाल ਦੇ ਵਿੱਚ ਹਾਂ। ਮੈਂ ਆਪਾਂ ਇੱਥੋਂ ਦੇ ਐਸਐਮਓ ਸਾਹਿਬ ਨਾਲ ਗੱਲ ਕਰਦੇ ਹਾਂ। ਆਓ ਤੁਹਾਡੀ ਗੱਲ ਕਰਾਈਏ। ਸਰ ਨਮਸਕਾਰ। ਸਰ ਆਪਣਾ ਕਰੋਨਾ ਵਾਇਰਸ ਨੂੰ ਲੈ ਕੇ ਕਿੰਨੇ ਕੁ ਮਰੀਜ਼ ਆਪਣੇ ਕੋਲ ਆਏ ਜਾਂ ਕੀ ਆਪਾਂ ਚੈੱਕਅਪ ਕਰ ਰਹੇ ਉਹਨਾਂ ਦਾ, ਕਾਇੰਡਲੀ ਜ਼ਰਾ ਸਾਨੂੰ ਦੱਸੋ। ਜੋ ਕਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਨੂੰ ਰੋਕਣ ਦੀ ਮੁਹਿੰਮ ਅਸੀਂ ਚਲਾ ਰਹੇ ਹਾਂ ਧਾਰੀਵਾਲ ਦੇ ਵਿੱਚ, ਉਹਦੇ ਅਧੀਨ ਸਾਡੇ ਕੋਲ 460 ਤੋਂ 65 ਦੇ ਕਰੀਬ ਸ਼ੱਕੀ ਜਿਹੜੇ ਅਸੀਂ ਮਰੀਜ਼ ਸਕਰੀਨ ਕੀਤੇ ਆ ਇਸ ਆਪਣੇ ਏਰੀਆ ਦੇ ਵਿੱਚ ਔਰ ਹੋਸਪਿਟਲ 'ਚ ਔਰ ਘਰੋ ਘਰੀ ਜਾ ਕੇ ਸਾਡੀ ਟੀਮ ਨੇ ਜਿਹੜੀ ਪੈਰੀਫਰੀ 'ਚ ਗਈ ਆ, ਹਰ ਘਰ 'ਚ ਹਰ ਪਿੰਡ 'ਚ ਗਈ। ਉਹਦੇ 'ਚ ਅਸੀਂ ਕੈਟੇਗਰੀ ਲਈ ਪਹਿਲੇ ਤਾਂ ਜਿਹੜੇ ਵਿਦੇਸ਼ ਤੋਂ ਆਏ ਆ, ਸਾਨੂੰ ਉੱਪਰੋਂ ਵੀ ਐਡਵਾਈਜ਼ਰੀ ਆਈ, ਲੋਕਾਂ ਕੋਲੋਂ ਇਨਫੋਰਮੇਸ਼ਨ ਮਿਲੀ, ਜਿਹੜੇ ਸਾਡੇ ਨਗਰ ਕੌਂਸਲ ਦੇ ਹੈਗੇ ਆ MC, ਉਹਨਾਂ ਤੋਂ ਵੀ ਇਨਫੋਰਮੇਸ਼ਨ ਆਈ, ਸਰਪੰਚਾਂ ਤੋਂ ਵੀ, ਆਮ ਪਬਲਿਕ ਤੋਂ ਵੀ, ਕਿਉਂਕਿ ਓਪਨ ਅਸੀਂ ਆਪਣਾ ਕੀਤਾ ਜਿਹੜੀ ਆਪਣੇ ਮੋਬਾਈਲ ਨੂੰ ਹੀ ਐਜ਼ ਕੰਟਰੋਲ ਲਾਈਨ ਯੂਜ਼ ਕੀਤਾ ਫੋਨ ਨੰਬਰ, ਔਰ ਜੋ ਜਿੱਥੋਂ ਵੀ ਇਨਫੋਰਮੇਸ਼ਨ ਆਈ ਕਈ ਹਾਂ ਸਾਨੂੰ ਫੇਕ ਵੀ ਸਾਬਤ ਹੋਈਆਂ, ਲੇਕਿਨ ਅਸੀਂ ਉਹਨਾਂ ਦੀ ਸਕਰੀਨਿੰਗ ਕੀਤੀ ਔਰ ਅੱਜ ਤੱਕ 460-65 ਕਰੀਬ ਅਸੀਂ ਸਕਰੀਨ ਕਰ ਚੁੱਕੇ ਹਾਂ, ਜਿਨ੍ਹਾਂ 'ਚ ਵਿਦੇਸ਼ ਤੋਂ ਆਏ, ਅਨੰਦਪੁਰ ਸਾਹਿਬ ਮੇਲੇ ਨੂੰ ਅਟੈਂਡ ਕੀਤਾ ਜਿਨ੍ਹਾਂ ਨੇ, ਔਰ ਫਿਰ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਜਮਾਤ ਤਬਲੀਗੀ ਜਮਾਤ ਅਟੈਂਡ ਕਰਨ ਦਾ ਜਿਨ੍ਹਾਂ 'ਤੇ ਸ਼ੱਕ ਸੀ ਸਾਨੂੰ, ਦੂਸਰੀਆਂ ਸਟੇਟਾਂ ਤੋਂ ਆਏ, ਮਤਲਬ ਫਿਰ ਉਹਦੇ ਵਿੱਚ ਅਸੀਂ ਤਕਰੀਬਨ ਅਸੀਂ ਸਭ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ, ਸਿਮਟੋਮੈਟਿਕ ਉਹਨਾਂ ਦਾ ਸਰਵੇ ਕੀਤਾ ਔਰ ਉਹ ਤਕਰੀਬਨ ਸਾਰੇ ਹੀ ਲੋਕਾਂ ਨੂੰ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ 15 ਦਿਨਾਂ 'ਤੇ ਬਾਉਂਡ ਕਰਕੇ ਆਈਸੋਲੇਟ ਕੀਤਾ, ਔਰ ਇਹਦੇ ਵਿੱਚ ਸਾਨੂੰ ਜਿਹੜਾ ਪੁਲਿਸ ਡਿਪਾਰਟਮੈਂਟ ਹੈ CDPO ਡਿਪਾਰਟਮੈਂਟ ਦੀ ਵੀ ਡਿਊਟੀਆਂ ਨਾਲ ਲਾ ਕੇ ਅਸੀਂ ਇਨਸ਼ੋਰ ਕੀਤਾ ਕਿ ਉਹ ਆਪਣੇ ਘਰਾਂ 'ਚ ਹੀ ਰਹਿਣ, ਔਰ ਇਹ ਬਿਮਾਰੀ ਜੇ ਉਹਨਾਂ ਵਿੱਚ ਉਸ ਏਜ ਅੱਜ ਉਹ ਇਹ ਸਿਮਟੋਮੈਟਿਕ ਵੀ ਹੈ ਕਿ ਉਹਨਾਂ 'ਚ ਬਿਮਾਰੀ ਦੇ ਲੱਛਣ ਨਹੀਂ ਹੈ, ਪਰ ਉਹ ਕੈਰੀਅਰ ਵੀ ਹੋਣ 'ਤੇ ਉਹਨਾਂ ਤੱਕ ਹੀ ਸੀਮਿਤ ਰਹਿ ਕੇ ਉੱਥੇ ਹੀ ਠੀਕ ਹੋ ਜਾਏ। ਡਾਕਟਰ ਸਾਹਿਬ, ਆਪਾਂ ਗੱਲ ਕਰੀਏ, ਕਿਸੇ ਮਰੀਜ਼ ਨੂੰ ਇੱਥੇ ਐਡਮਿਟ ਕਰਨ ਦੀ ਕੋਈ ਜ਼ਰੂਰਤ ਪਈ ਜਾਂ ਨਹੀਂ? ਹਾਂਜੀ, ਸਾਡੇ ਕੋਲ ਆਈਸੋਲੇਸ਼ਨ ਵਾਰਡ ਹੈ ਇੱਥੇ, ਉਹਨੂੰ ਅਸੀਂ ਕੁਛ 2 ਪੇਸ਼ੈਂਟ ਅਸੀਂ ਦਾਖਲ ਕੀਤੇ, ਔਰ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਸਾਨੂੰ ਕਲੀਅਰ ਹੋ ਗਿਆ ਕਿ ਬਈ ਉਹਨਾਂ ਨੂੰ ਇਸ ਚੀਜ਼ ਦੇ ਲੱਛਣ ਘੱਟ ਰਹੇ ਆ, ਫਿਰ ਉਹਨਾਂ ਨੂੰ ਅਸੀਂ ਹੋਮ ਕੁਆਰੰਟਾਈਨ ਕਰਤੇ। ਇੱਕ ਪੇਸ਼ੈਂਟ ਇਸ ਤਰ੍ਹਾਂ ਸੀ ਜਿਹਨੂੰ ਅਸੀਂ ਸੈਂਪਲਿੰਗ ਦੀ ਜ਼ਰੂਰਤ ਪਈ, ਉਹਨੂੰ ਅਸੀਂ ਗੁਰਦਾਸਪੁਰ ਜਿਹੜਾ ਸਾਡਾ ਸੈਂਪਲਿੰਗ ਸੈਂਟਰ ਹੈ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਭੇਜ ਕੇ ਉਹਦਾ ਸੈਂਪਲ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਸੀ ਜਿਹੜਾ ਕਿ ਨੈਗੇਟਿਵ ਆਇਆ, ਔਰ ਫਿਰ ਉਸ ਤੋਂ ਬਾਅਦ ਬੰਦੀ ਜਿਹੜੀ ਹੋਮ ਕੁਆਰੰਟਾਈਨ ਉਹਨੂੰ ਕਰਾ ਦਿੱਤੀ। ਸਰ, ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕਿੱਦਾਂ ਅਵੇਅਰ ਕਰ ਰਹੇ ਤੁਸੀਂ ਲੋਕਾਂ ਨੂੰ? ਹਾਂਜੀ, ਇਹਦੇ ਵਿੱਚ ਜਿਹੜਾ ਕਰੋਨਾ ਵਾਇਰਸ ਨਾ ਫੈਲੇ, ਇਹਦੇ ਵਿੱਚ ਇਸ ਤਰ੍ਹਾਂ ਕਿ ਕੋਈ ਵੀ ਇੱਕ ਇਨਸਾਨ ਦੂਸਰੇ ਇਨਸਾਨ ਤੋਂ 1.5 ਤੋਂ 2 ਮੀਟਰ ਦੀ ਦੂਰੀ ਰੱਖੇ, ਟੱਚ ਕੋਈ ਵੀ ਚੀਜ਼ਾਂ ਜਿਹੜੀਆਂ ਆਮ ਪਬਲਿਕ ਯੂਜ਼ ਦੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਆਪਣੇ ਘਰਾਂ 'ਚ ਹੀ ਡੋਰ ਹੈਂਡਲਸ ਹੈ ਜਾਂ ਹੋਸਪਿਟਲ ਦੀ ਕੁਛ ਡੋਰਸ ਹੈ, ਇਹਨਾਂ ਨੂੰ ਘੱਟ ਤੋਂ ਘੱਟ ਟੱਚ ਕਰੇ, ਔਰ ਜੇ ਕੋਈ ਕਿਸੇ ਐਮਰਜੈਂਸੀ 'ਚ ਕਿਸੇ ਕਾਰਨਵਸ਼ ਟੱਚ ਕਰਨਾ ਹੋ ਜਾਂਦਾ ਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰੇ ਜਾਂ ਹੈਂਡ ਵਾਸ਼ ਕਰੇ ਪ੍ਰੋਪਰਲੀ, ਔਰ ਉਹ ਹੱਥ ਧੋਣ ਦੀ ਵਿਧੀ ਵੀ ਅਸੀਂ ਪਬਲਿਕਲੀ ਸਮਝਾਈ ਸਭ ਨੂੰ, ਪਿੰਡ ਪਿੰਡ ਜਾ ਕੇ ਸਾਡੇ ਵਰਕਰਸ ਨੇ ਹਰ ਘਰ 'ਚ ਸਮਝਾਈ ਹੈ, ਸੈਨੇਟਾਈਜ਼ਰ ਯੂਜ਼ ਕਰਨਾ ਸਮਝਾਇਆ ਔਰ ਮਾਸਕ ਪਾਉਣਾ ਜ਼ਰੂਰੀ ਦੱਸਿਆ, ਹੋਮ ਮੇਡ ਮਾਸਕ ਨੂੰ ਅਸੀਂ ਬਹੁਤ ਪ੍ਰਮੋਟ ਕੀਤਾ, ਲੋਕਾਂ ਨੂੰ ਅਸੀਂ ਆਪਣੇ ਸਾਰੇ ਧਾਰੀਵਾਲ ਦੇ ਜਿੰਨੇ ਵੀ ਇੱਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਸੀ, ਮਾਰਕੀਟ ਕਮੇਟੀ ਦੇ ਚੇਅਰਮੈਨ ਔਰ ਸਾਰੇ ਸਬਜ਼ੀ ਵਿਕਰੇਤਾ ਯੂਨੀਅਨ, ਦਵਾਈ ਵਿਕਰੇਤਾ ਯੂਨੀਅਨ, ਕਰਿਆਨਾ ਵਿਕਰੇਤਾ ਯੂਨੀਅਨ, ਉਹਨਾਂ ਸਾਰਿਆਂ ਦੀ ਔਰ ਉਹਦੇ ਨਾਲ ਨਾਲ ਆਪਣੇ ਕੁੱਲ ਜਿਹੜੇ ਹੋਰ ਵੀ ਇਸ ਏਰੀਏ ਦੇ ਵਿੱਚ ਜਿਹੜੇ ਸੀ ਨੁਮਾਇੰਦੇ NGOs ਦੇ, ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਬੁਲਾ ਕੇ ਅਸੀਂ ਉਹਨਾਂ ਨੂੰ 2 ਸਲਾਹਾਂ ਦਿੱਤੀਆਂ ਸੀ ਕਿ ਇੱਕ ਤਾਂ ਹਰ ਇੱਕ ਸਰਪੰਚ ਆਪਣੇ ਪਿੰਡ 'ਚ ਕੁਛ ਪਹਿਰੇ ਲਵਾ ਕੇ ਇੱਕ ਤਾਂ ਬਾਹਰਲੇ ਬੰਦਿਆਂ ਨੂੰ ਆਉਣ ਦੇਵੇ, ਨੰਬਰ 2 ਤੇ ਆਪਣੇ ਜਿਹੜੇ ਲੋਕ ਹੈ ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕੇ, ਪਲੱਸ ਅਸੀਂ ਇਹ ਵੀ ਸਲਾਹ ਦਿੱਤੀ ਸੀ ਕਿ ਕਿਉਂਕਿ ਮਾਸਕ ਇੰਨੀ ਤਾਦਾਦ 'ਚ ਮਿਲ ਨਹੀਂ ਰਹੇ ਲੋਕਾਂ ਨੂੰ, ਅਤੇ ਜਿਹੜੇ ਸਾਡੇ ਇਹ ਘਰਾਂ 'ਚ ਸਾਡੀਆਂ ਬੀਬੀਆਂ ਬਣਾ ਸਕਦੀਆਂ, ਔਰ ਉਹ ਫਿਰ ਹੋਇਆ ਵੀ ਹੈ, ਸਾਡੇ ਏਰੀਏ 'ਚ ਕਾਫੀ ਲੋਕਾਂ ਨੇ ਆਪਣੇ ਬਣਾ ਕੇ ਕੱਪੜੇ ਅਤੇ ਮਾਸਕ ਵੰਡੇ ਆ, ਔਰ ਉਹਦੇ ਨਾਲ ਹੀ ਇਹੀ ਕਾਰਨ ਹੈ ਕਿ ਲੋਕਾਂ ਨੇ ਸਾਡੀ ਜਿਹੜੀ ਅਸੀਂ ਇਹਨਾਂ ਨੂੰ ਹੈਲਥ ਐਜੂਕੇਸ਼ਨ ਦਿੱਤੀ ਹੈ ਉਹ ਮੰਨਣ ਕਰਕੇ ਹੀ ਅੱਜ ਇਹ ਨਤੀਜਾ ਵੈ ਕਿ ਇੰਨਾ ਸਮਾਂ ਹੋਣ ਦੇ ਬਾਅਦ ਵੀ ਅਸੀਂ ਅੱਜ ਨੈਗੇਟਿਵ ਕਰੋਨਾ ਨੈਗੇਟਿਵ ਸਥਿਤੀ ਚੱਲ ਰਹੇ ਹਾਂ, ਔਰ ਮੈਨੂੰ ਉਮੀਦ ਹੈ ਕਿ ਤੁਹਾਡੇ ਰਾਹੀਂ ਇਹ ਪ੍ਰਚਾਰ ਹੋਏਗਾ ਔਰ ਫਿਰ ਅਸੀਂ ਇਹ ਅਸੀਂ ਜਿਹੜਾ ਵੀ ਸਮਾਂ ਹੈਗਾ 1-1.5 ਮਹੀਨੇ ਦਾ ਹੋਰ ਹੈ, ਅਸੀਂ ਇਹਨੂੰ ਇਸ ਤਰ੍ਹਾਂ ਹੀ ਪਾਰ ਕਰ ਲਾਂਗੇ ਅਤੇ ਅਸੀਂ ਸੇਫ ਹੋ ਜਾਵਾਂਗੇ ਕਰੋਨਾ ਤੋਂ। ਡਾਕਟਰ ਸਾਹਿਬ, ਆਮ ਦੇਖਿਆ ਜਾਵੇ ਲੋਕ ਜਿਹੜੇ ਰੁਮਾਲ ਦਾ ਕਈ ਬੰਦੇ ਨੇ, ਕੀ ਉਹ ਸੇਫ ਹੋਣਗੇ? ਹਾਂ, ਐਮਰਜੈਂਸੀ ਦੀ ਸਿਚੁਏਸ਼ਨ 'ਚ ਅਸੀਂ ਰੁਮਾਲ ਵਰਤ ਸਕਦੇ ਹਾਂ, ਸਾਡੇ ਕੋਲ ਕੋਈ ਹੋਰ ਚੀਜ਼ ਨਹੀਂ ਹੈ,
ਲੇਕਿਨ ਰੁਮਾਲ ਦਾ ਹੈ ਕਿ ਰੁਮਾਲ ਨੂੰ ਜੇ ਤੇ ਅਸੀਂ ਅਲੱਗ ਅਲੱਗ ਚੀਜ਼ਾਂ ਵਾਸਤੇ ਯੂਜ਼ ਕਰ ਰਹੇ ਹਾਂ, ਫਿਰ ਅਸੀਂ ਉਹਨੂੰ ਪੋਕਿਟ 'ਚ ਰੱਖ ਲੈਂਦੇ ਹਾਂ, ਫਿਰ ਅਸੀਂ ਉਹਨੂੰ ਕੋਈ ਉਹਦੇ ਨਾਲ ਆਪਣਾ ਹੀ ਚਿਹਰਾ ਪੂੰਝਣ ਲੱਗ ਪੈਂਦੇ ਹਾਂ, ਫਿਰ ਉਹ ਪਰਪਸ ਡਿਫੀਟ ਕਰ ਦਿੰਦਾ ਹੈ। ਪ੍ਰੋਪਰ ਇੱਕ ਮਾਸਕ ਬਣਾਉਣ ਦੇ ਵਿੱਚ, ਘਰਾਂ ਦੇ ਵਿੱਚ ਹਰ ਘਰ 'ਚ ਸਿਲਾਈ ਮਸ਼ੀਨ ਹੈ, ਉੱਥੇ ਰੁਮਾਲ 'ਚ ਹੀ ਦੋ ਮਾਸਕ ਬਣ ਸਕਦੇ ਆ, ਮਤਲਬ ਕੋਈ ਇੰਨਾ ਔਖਾ ਕੰਮ ਨਹੀਂ ਹੈ। ਮੈਂ ਤਾਂ ਇਹੀ ਐਡਵਾਈਸ ਕਰਾਂਗਾ ਕਿ ਹਰ ਘਰ 'ਚ ਲੋਕ ਜਿੰਨੇ ਵੀ ਘਰ ਦੇ ਜੀ ਹੈ, ਦੋ ਦੋ ਮਾਸਕ ਆਪ ਹੀ ਔਰਤਾਂ ਬਣਾਉਣ ਤੇ ਵੰਡਣ, ਤਾਂ ਕਿ ਇਹ ਪ੍ਰੋਪਰ, ਕਿਉਂਕਿ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ 6 ਮਹੀਨੇ ਤੇ ਸਾਨੂੰ ਲੋਕਾਂ ਨੂੰ ਮਾਸਕ ਪਾਉਣਾ ਹੀ ਚਾਹੀਦਾ ਜਦੋਂ ਵੀ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਣਾ, ਔਰ ਸੋਸ਼ਲ ਡਿਸਟੈਂਸਿੰਗ ਵੀ ਰੱਖਣੀ ਹੈ, ਫਿਰ ਹੀ ਇਸ ਬਿਮਾਰੀ ਦੇ ਅਸੀਂ ਪੂਰੀ ਤਰ੍ਹਾਂ ਮੁਕਤ ਹੋ ਪਾਵਾਂਗੇ। ਸੋ ਇਹ ਸਨ ਡਾਕਟਰ ਅਰਜਿੰਦਰ ਅਰੋੜਾ ਜੀ, ਜੋ SMO ਨੇ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਤੋਂ। ਮੈਂ ਸੁਸ਼ੀਲ ਲਾਟੀ, ਕੈਮਰਾਮੈਨ ਸੁਖਮਨ ਦੇ ਨਾਲ, ਪੰਜਾਬ ਨਿਊਜ਼ ਧਾਰੀਵਾਲ।